ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪੰਜਾਬੀ ਮੀਨੀਆ ਤੇ ਆਪਣੇ ਫੋਨ ਤੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਹਿੱਟ ਕਰੋ ਬੈਲ ਆਈਕਨ। ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਮੀਨੀਆ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਾਣੇ ਬਿਲਕੁਲ ਸਹੀ ਸਲਾਮਤ ਹੋ। ਅੱਜ ਅਸੀਂ ਲੈ ਕੇ ਆਏ ਹਾਂ ਤੁਹਾਡੇ ਸਾਰਿਆਂ ਦੇ ਲਈ ਇੱਕ ਬਹੁਤ ਹੀ ਮਜ਼ੇਦਾਰ ਖਬਰ। ਫਿਲਮਾਂ ਤੋਂ ਇਲਾਵਾ ਇੱਕ ਹੋਰ ਨਵਾਂ ਐਂਟਰਟੇਨਮੈਂਟ ਦਾ ਸਾਧਨ ਅੱਜ ਕੱਲ੍ਹ ਬਣਿਆ ਹੈ, ਉਹ ਹੈ ਵੈੱਬ ਸੀਰੀਜ਼। ਪੰਜਾਬ ਦੇ ਵਿੱਚ ਵੈੱਬ ਸੀਰੀਜ਼ ਦੇ ਨਾਮ 'ਤੇ ਹਲੇ ਤੱਕ ਸਕਸੈਸ ਸਿਰਫ ਯਾਰ ਜਿਗਰੀ ਕਸੂਤੀ ਡਿਗਰੀ ਅਤੇ ਵਾਰਨਿੰਗ ਨੂੰ ਹੀ ਮਿਲੀ ਹੈ, ਬਾਕੀ ਸਭ ਵੈੱਬ ਸੀਰੀਜ਼ ਉਸ ਲੈਵਲ ਦੀ ਸਕਸੈਸ ਹਾਸਲ ਨਹੀਂ ਕਰ ਸਕੀਆਂ। ਖੈਰ, ਹੁਣ ਇੱਕ ਗੁੱਡ ਨਿਊਜ਼ ਇਹ ਹੈ ਕਿ ਮੇਨ ਸਟ੍ਰੀਮ ਕਮਰਸ਼ੀਅਲ ਪੰਜਾਬੀ ਫਿਲਮਾਂ ਬਣਾਉਣ ਵਾਲੇ ਮਸ਼ਹੂਰ ਡਾਇਰੈਕਟਰ ਸਮੀਪ ਕੰਗ ਹੁਣ ਇੱਕ ਨਵੀਂ ਵੈੱਬ ਸੀਰੀਜ਼ ਡਾਇਰੈਕਟ ਕਰ ਰਹੇ ਨੇ। ਵੈੱਬ ਸੀਰੀਜ਼ ਦਾ ਟਾਈਟਲ ਹੈ ਕੀ ਬਣੂ ਪੁਨੀਆ ਦਾ। ਕੈਰੀ ਔਨ ਜੱਟਾ ਸੀਰੀਜ਼, ਵਧਾਈਆਂ ਜੀ ਵਧਾਈਆਂ, ਲਾਵਾਂ ਫੇਰੇ ਅਤੇ ਹੋਰ ਕਈ ਸਾਰੀਆਂ ਸੁਪਰਹਿੱਟ ਪੰਜਾਬੀ ਫਿਲਮਾਂ ਬਣਾ ਚੁੱਕੇ ਡਾਇਰੈਕਟਰ ਸਮੀਪ ਕੰਗ ਹੁਣ ਡਿਜੀਟਲ ਦੀ ਦੁਨੀਆ ਦੇ ਵਿੱਚ ਕਦਮ ਰੱਖਣ ਜਾ ਰਹੇ ਨੇ। ਇਸ ਵੈੱਬ ਸੀਰੀਜ਼ ਦੇ ਵਿੱਚ ਲੀਡ ਰੋਲਸ ਪਲੇ ਕਰਦੇ ਨਜ਼ਰ ਆਉਣਗੇ ਮਸ਼ਹੂਰ ਕਾਮੇਡੀ ਆਰਟਿਸਟ ਜਸਵਿੰਦਰ ਭੱਲਾ ਅਤੇ ਸਿੰਗਰ ਟਰਨਡ ਐਕਟਰ ਬੱਬਲ ਰਾਏ। ਇਹਨਾਂ ਦੇ ਇਲਾਵਾ ਸਾਇਰਾ, ਅਰਸ਼ ਕਾਲੋਂ, ਦਿਲਾਵਰ ਸਿੱਧੂ, ਅਕਸ਼ਤਾ ਸ਼ਰਮਾ, ਚੰਦਨ ਗਿੱਲ ਅਤੇ ਖੁਦ ਸਮੀਪ ਕੰਗ ਵੀ ਇਸ ਵੈੱਬ ਸੀਰੀਜ਼ ਦੇ ਵਿੱਚ ਐਕਟਿੰਗ ਕਰਦੇ ਨਜ਼ਰ ਆਉਣਗੇ। ਇਸ ਵੈੱਬ ਸੀਰੀਜ਼ ਨੂੰ ਪ੍ਰੋਡਿਊਸ ਕਰ ਰਹੇ ਨੇ ਸਮੀਪ ਕੰਗ ਅਤੇ ਬਲਵਿੰਦਰ ਕੌਰ। ਕੀ ਬਣੂ ਪੁਨੀਆ ਦਾ ਦੀ ਸਟੋਰੀ ਅਤੇ ਸਕਰੀਨ ਪਲੇ ਲਿਖੇ ਨੇ ਬਾਲੀਵੁੱਡ ਅਤੇ ਪੰਜਾਬੀ ਸਿਨੇਮਾ ਦੇ ਮਸ਼ਹੂਰ ਕਾਮੇਡੀ ਰਾਈਟਰ ਰਾਜਨ ਅਗਰਵਾਲ ਨੇ ਅਤੇ ਇਹਦੇ ਡਾਇਲੋਗਸ ਅਮਨ ਸਿੱਧੂ ਨੇ ਲਿਖੇ ਨੇ। ਵੈੱਬ ਸੀਰੀਜ਼ ਕੀ ਬਣੂ ਪੁਨੀਏ ਦਾ ਦੀ ਸ਼ੂਟਿੰਗ ਦੇ ਪਿਛਲੇ ਸਾਲ ਅਕਤੂਬਰ ਦੇ ਵਿੱਚ ਕੰਪਲੀਟ ਹੋ ਗਈ ਸੀ ਅਤੇ ਹੁਣ ਇਸ ਸੀਰੀਜ਼ ਦੇ ਟ੍ਰੇਲਰ ਰਿਲੀਜ਼ ਕੀਤਾ ਜਾਏਗਾ 24 ਫਰਵਰੀ ਨੂੰ। ਪਿਛਲੇ ਕੁਝ ਮਹੀਨਿਆਂ ਦੇ ਵਿੱਚ ਸਮੀਪ ਕੰਗ 2-3 ਫਿਲਮਾਂ ਅਤੇ ਵੈੱਬ ਸੀਰੀਜ਼ ਦਾ ਸ਼ੂਟ ਕਰਕੇ ਕੰਪਲੀਟ ਕਰ ਚੁੱਕੇ ਨੇ। ਗੁਰਪ੍ਰੀਤ ਘੁੱਗੀ ਅਤੇ ਦੇਵ ਖਰੌੜ ਸਟਾਰਰ ਬਾਈ ਜੀ ਕੁੱਟਣਗੇ, ਬੀਨੂ ਢਿੱਲੋਂ ਸਟਾਰਰ ਜਿਉਂਦੇ ਰਹੋ ਭੂਤ ਜੀ ਵਰਗੀਆਂ ਫਿਲਮਾਂ ਦੀ ਸ਼ੂਟਿੰਗ ਸਮੀਪ ਕੰਗ ਕੰਪਲੀਟ ਕਰ ਚੁੱਕੇ ਨੇ। ਇਹਨਾਂ ਦੇ ਇਲਾਵਾ ਬੀਨੂ ਢਿੱਲੋਂ ਦੀ ਫਿਲਮ ਪਟਾਕੇ ਪੈਣਗੇ ਅਤੇ ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ ਸਟਾਰਰ ਵਿਡੋ ਕਾਲੋਨੀ ਵਰਗੀਆਂ ਫਿਲਮਾਂ ਅਨਾਊਂਸ ਹੋ ਚੁੱਕੀਆਂ ਨੇ ਅਤੇ ਜਲਦੀ ਹੀ ਇਹਨਾਂ ਦੀ ਸ਼ੂਟਿੰਗ ਵੀ ਸ਼ੁਰੂ ਕਰ ਦਿੱਤੀ ਜਾਏਗੀ। ਦੋਸਤੋ, ਹੁਣ ਅਸੀਂ ਤੁਹਾਨੂੰ ਇੱਕ ਹੋਰ ਨਵੀਂ ਚੀਜ਼ ਬਾਰੇ ਦੱਸਣਾ ਚਾਹਾਂਗੇ। ਪੰਜਾਬੀ ਮੀਨੀਆ ਨੂੰ ਤੁਸੀਂ ਹਮੇਸ਼ਾ ਹੀ ਹਰ ਪਲੈਟਫਾਰਮ 'ਤੇ ਬਹੁਤ ਜ਼ਿਆਦਾ ਪਿਆਰ ਦਿੰਦੇ ਆਏ ਹੋ, ਇਸ ਪਿਆਰ ਦੇ ਲਈ ਤਿਲੋ ਧੰਨਵਾਦ। ਸਾਡੇ ਪੋਡਕਾਸਟ ਦਾ ਪੰਜਾਬੀ ਸਿਨੇਮਾ ਸ਼ੋਅ ਨੂੰ ਵੀ ਤੁਸੀਂ ਸਭ ਨੇ ਭਰਵਾਂ ਹੁੰਗਾਰਾ ਦਿੱਤਾ ਹੈ, ਉਸ ਦੇ ਲਈ ਵੀ ਅਸੀਂ ਤੁਹਾਡੇ ਸਭ ਦੇ ਦਿਲ ਤੋਂ ਧੰਨਵਾਦ ਕਰਦੇ ਹਾਂ। ਪੰਜਾਬੀ ਸਿਨੇਮਾ ਦਾ ਪਹਿਲਾ ਪੋਡਕਾਸਟ ਦ ਪੰਜਾਬੀ ਸਿਨੇਮਾ ਸ਼ੋਅ, ਜਿਸ ਨੂੰ ਪੰਜਾਬੀ ਮੀਨੀਆ ਦੀ ਟੀਮ ਨੇ ਤਿਆਰ ਕੀਤਾ ਹੈ, ਉਹ ਆਡੀਓ ਸਟ੍ਰੀਮਿੰਗ ਪਲੈਟਫਾਰਮ ਸਪੋਟੀਫਾਈ, ਗਾਣਾ, ਐਮਾਜ਼ਾਨ ਮਿਊਜ਼ਿਕ, ਐਪਲ ਪੋਡਕਾਸਟ, ਡੀਜ਼ਰ, ਸਟਿਚਰ, ਆਡੀਬਲ ਅਤੇ ਐਂਕਰ 'ਤੇ ਰਿਲੀਜ਼ ਕਰ ਦਿੱਤਾ ਗਿਆ ਹੈ। ਇਸ ਸ਼ੋਅ ਦੇ ਪਹਿਲੇ 12 ਐਪੀਸੋਡਸ ਇਹਨਾਂ ਸਭ ਪਲੈਟਫਾਰਮ 'ਤੇ ਸਟ੍ਰੀਮ ਕਰ ਰਹੇ ਨੇ। ਤੁਹਾਨੂੰ ਹਰ ਹਫ਼ਤੇ ਇੱਕ ਨਵਾਂ ਐਪੀਸੋਡ ਸੁਣਨ ਨੂੰ ਮਿਲੇਗਾ ਅਤੇ ਇਸ ਪੋਡਕਾਸਟ ਦਾ ਲਿੰਕ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਅਵੇਲੇਬਲ ਹੈ। ਅਸੀਂ ਉਮੀਦ ਕਰਦੇ ਹਾਂ ਕਿ ਜਿਵੇਂ ਤੁਸੀਂ ਸਾਡੀ ਵੈੱਬਸਾਈਟ, ਸਾਡੇ ਯੂਟਿਊਬ ਚੈਨਲ ਅਤੇ ਸਾਡੇ ਸੋਸ਼ਲ ਮੀਡੀਆ ਪਲੈਟਫਾਰਮਸ ਨੂੰ ਦਿੰਦੇ ਹੋ, ਉਵੇਂ ਹੀ ਤੁਸੀਂ ਸਾਡੇ ਇਸ ਨਵੇਂ ਪੋਡਕਾਸਟ ਦਾ ਪੰਜਾਬੀ ਸਿਨੇਮਾ ਸ਼ੋਅ ਨੂੰ ਵੀ ਦਿਓਗੇ। ਫਿਲਹਾਲ ਅਸੀਂ ਤਾਂ ਬਹੁਤ ਹੀ ਜ਼ਿਆਦਾ ਐਕਸਾਈਟਡ ਹਾਂ ਇਹ ਜਾਣ ਕੇ ਕਿ ਪੰਜਾਬੀ ਆਡੀਅੰਸ ਦੀ ਐਂਟਰਟੇਨਮੈਂਟ ਹੁਣ ਵੱਡੇ ਪਰਦੇ ਅਤੇ ਨਾਲ ਨਾਲ ਟੀ ਵੀ ਸਕਰੀਨਸ 'ਤੇ ਵੀ ਖੂਬ ਹੋਏਗੀ। ਪਰ ਪਹਿਲਾਂ ਤਾਂ ਅਸੀਂ ਇਹੀ ਉਮੀਦ ਕਰਦੇ ਹਾਂ ਕਿ ਅਸੀਂ ਜਲਦੀ ਜਲਦੀ ਸਿਨੇਮਾਜ਼ ਦੇ ਵਿੱਚ ਆਪਣੇ ਫੇਵਰੇਟ ਸਟਾਰਸ ਨੂੰ ਦੇਖਣ ਦਾ ਜਾ ਸਕੀਏ। ਜੇ ਤੁਸੀਂ ਵੀ ਐਕਸਾਈਟਡ ਹੋ ਇਸ ਵੈੱਬ ਸੀਰੀਜ਼ ਨੂੰ ਦੇਖਣ ਦੇ ਲਈ ਤਾਂ ਸਾਨੂੰ ਸਾਡੇ ਇਹ ਕਮੈਂਟ ਸੈਕਸ਼ਨ ਵਿੱਚ ਦੱਸਣਾ ਬਿਲਕੁਲ ਨਾ ਭੁੱਲਿਓ ਅਤੇ ਵੈੱਬ ਸੀਰੀਜ਼ ਦੀਆਂ ਹੋਰ ਅਪਡੇਟਸ ਦੇ ਲਈ ਜੁੜੇ ਰਹੋ ਸਾਡੀ ਵੈੱਬਸਾਈਟ www.punjabimania.com ਨਾਲੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਹਿੱਟ ਕਰੋ ਸਬਸਕ੍ਰਾਈਬ ਬਟਨ।